ਬਹੁਤ ਹੀ ਦੁਖਦਾਈ ਆਪਾਂ ਇਸ ਵੇਲੇ ਅੰਮ੍ਰਿਤਸਰ ਦੇ ਦੱਖਣੀ ਹਲਕੇ ਦੇ ਵਿਚ ਸੁਲਤਾਨਵਿੰਡ ਏਰੀਏ ਦੇ ਵਿਚ ਆਏ। ਸਾਡਾ ਇਕ ਨੌਜਵਾਨ ਤੇਜਪਾਲ ਜਿਹੜਾ ਨੇਵੀ ਦੇ ਵਿਚ ਮਰਚੈਂਟ ਨੇਵੀ ਦੇ ਵਿਚ ਬਹੁਤ ਹੀ ਸੀਨੀਅਰ ਅਫਸਰ ਸੀਗਾ। ਉਦੋਂ 16 ਤਰੀਕ ਦਾ ਰਾਤ 12 ਵਜੇ ਦਾ ਜਿਹੜਾ ਉਹ ਲਾਪਤਾ, ਉਹਦਾ ਅਜੇ ਤੱਕ ਉਹਨਾਂ ਦੇ ਡੈਡ ਮੇਰੇ ਨਾਲ ਨੇ, ਅਜੇ ਤੱਕ ਉਹਦਾ ਪਤਾ ਨਹੀਂ ਲੱਗਾ ਕਿ ਉਹ ਲਾਪਤਾ ਕਿੱਦਾਂ ਹੋ ਗਿਆ। ਇਹਨਾਂ ਨੂੰ ਸਿਰਫ ਜਿਹੜਾ ਮਰਚੈਂਟ ਨੇਵੀ ਦੇ ਹੈੱਡਕੁਆਟਰ ਤੋਂ ਹੀ ਕਾਲ ਕਰਕੇ ਦੱਸਿਆ ਗਿਆ ਕਿ ਤੁਹਾਡਾ ਬੇਟਾ ਲਾਪਤਾ ਹੋ ਗਿਆ। ਅਸੀਂ ਸਭ ਤੋਂ ਪਹਿਲਾਂ ਮਰਚੈਂਟ ਨੇਵੀ ਦੇ ਅਧਿਕਾਰੀਆਂ ਦੇ ਨਾਲ ਤਾਲਮੇਲ ਕਰਕੇ ਉਹਨਾਂ ਤੋਂ ਪਹਿਲਾਂ ਇਹ ਜਾਣਕਾਰੀ ਲਵਾਂਗੇ ਕਿ ਕੀ ਘਟਨਾ ਹੋਈ ਹੈ ਅਤੇ ਸਾਡਾ ਬੱਚਾ ਜਿਹੜਾ ਉਹ ਕਿੱਥੇ ਗਿਆ। ਅਜੇ ਦੋ ਤਿੰਨ ਮਹੀਨਿਆਂ ਬਾਅਦ ਉਹਨੇ ਇੱਥੋਂ ਵੀ ਜ਼ਿਆਦਾ ਉਹਦੀ ਤਰੱਕੀ ਹੋਣ ਵਾਲੀ ਸੀਗੀ। ਉਹ ਮਾਪਿਆਂ ਦਾ ਬੜਾ ਪਿਆਰਾ ਬੱਚਾ ਸੀਗਾ ਉਹ ਇਸ ਤਰ੍ਹਾਂ ਲਾਪਤ ਹੋਣਾ, ਜਿੱਦਾਂ ਇਹਨਾਂ ਨੂੰ ਕਿਹਾ ਗਿਆ ਕਿ ਉਹਨੇ ਛਾਲ ਮਾਰਤੀ, ਪਰ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਗਿਆ ਕਿ ਸਾਡਾ ਬੱਚਾ ਇੱਦਾਂ ਨਹੀਂ ਕਰ ਸਕਦਾ। ਪਰਿਵਾਰ ਦੇ ਅੰਦਰ ਕੋਈ ਇੱਦਾਂ ਦੀ ਤਨਾਓ ਵਾਲੀ ਸਥਿਤੀ ਨਹੀਂ, ਸਾਰਾ ਪਰਿਵਾਰ ਸੈੱਟ ਹੈ, ਬਹੁਤ ਵਧੀਆ। ਭੈਣਾਂ ਬਾਹਰ ਨੇ, ਇੱਕ ਭੈਣ ਇੱਥੇ ਜੋਬ ਕਰਦੀ ਹੈ, ਸਾਰਾ ਕੁਛ ਇਹ ਬਣਦੇ ਹਾਂ। ਪਰਿਵਾਰ ਵੱਲੋਂ ਉਹਨੂੰ ਕੋਈ ਪ੍ਰੋਬਲਮ ਨਹੀਂ ਸੀਗੀ। ਅਸੀਂ ਇਹ ਜਾਣਾਂਗੇ ਕਿ ਕੀ ਹੋਇਆ, ਕਿਉਂ ਹੋਇਆ, ਜੋ ਕਹਿ ਰਹੇ ਆ ਕਿ ਉਹ ਲਾਪਤਾ ਹੋ ਗਿਆ ਛਾਲ ਮਾਰ ਕੇ, ਕਿੱਦਾਂ ਹੋ ਗਿਆ, ਉਹਦੀ ਡਿਊਟੀ 'ਤੇ ਉਸ ਸਮੇਂ ਉਹਦੇ ਨਾਲ ਕੌਣ ਕੌਣ ਸੀਗਾ, ਕਿਹੜਾ ਕਿਹੜਾ ਅਫਸਰ ਸੀਗਾ, ਜਿਹੜਾ ਕਰੂ ਜਿਹੜੇ ਜਹਾਜ਼ ਦੇ ਵਿੱਚ ਸੀਗਾ ਉਹਦੇ ਵਿੱਚ ਘੱਟੋ ਘੱਟ 24-25 ਬੰਦੇ ਜਿਹੜੇ ਉਹਦੇ ਨਾਲ ਸਟਾਫ ਸੀਗਾ। ਉਹ ਸਾਰੀ ਚੀਜ਼ ਦੀ ਆਪਾਂ ਜਾਂਚ ਕਰਾਵਾਂਗੇ। ਉਹ ਪੰਜਾਬ ਸਰਕਾਰ ਵੱਲੋਂ ਮੈਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ, ਮੁੱਖ ਮੰਤਰੀ ਸਾਹਿਬ ਨੇ ਭੇਜਿਆ ਕਿ ਪਤਾ ਕਰਕੇ ਆਓ ਕਿ ਵੱਡਾ ਆਪਣਾ ਨੌਜਵਾਨ ਇੰਨੀ ਵਧੀਆ ਜੋਬ 'ਤੇ ਹੀ ਕਿੱਦਾਂ ਲਾਪਤਾ ਹੋ ਗਿਆ। ਮੈਂ ਉਹਨਾਂ ਦੀ ਤਰਫੋਂ ਆਇਆ ਅਤੇ ਮੈਂ ਪਰਿਵਾਰ ਨੂੰ ਭਰੋਸਾ ਦਵਾਇਆ ਕਿ ਅਸੀਂ ਹਰ ਤਰ੍ਹਾਂ ਦੀ ਇਹਨਾਂ ਦੀ ਮਦਦ ਕਰਾਂਗੇ। ਅੱਜ ਤੋਂ ਹੀ ਇੱਦਾਂ ਦੀ ਹੈਲਪ ਜਿਹੜੀ ਆ ਉਹ ਆਪਾਂ ਸ਼ੁਰੂ ਕਰਾਂਗੇ। ਸਾਨੂੰ ਆਸ ਹੈ ਮਾਤਾ ਸੱਚੇ ਪਾਤਸ਼ਾਹ ਕਰੇ ਕਿ ਤੇਜਪਾਲ ਜੇ ਲਾਪਤਾ ਵੀ ਹੋਇਆ ਤਾਂ ਉਹ ਤੰਦਰੁਸਤ ਹੋਵੇ, ਉਹ ਸਾਨੂੰ ਚੰਗੀ ਹਾਲਤ ਦੇ ਵਿੱਚ ਮਿਲ ਜਾਵੇ। ਇਹ ਸਾਡੀ ਪਹਿਲੀ ਕੋਸ਼ਿਸ਼ ਆ ਔਰ ਮੇਰੀ ਪਰਮਾਤਮਾ ਦੇ ਅੱਗੇ ਵੀ ਅਰਦਾਸ ਹੈ ਕਿ ਉਹਦਾ ਵਾਲ ਵਿੰਗਾ ਨਾ ਹੋਵੇ, ਜਿੱਥੇ ਵੀ ਕਿਤੇ ਜੇ ਕਿਤੇ ਅੱਗੇ ਪਿੱਛੇ ਹੋ ਗਿਆ ਤਾਂ ਉਹ ਵਾਪਸ ਆਪਣੇ ਘਰ ਆ ਜਾਵੇ, ਆਪਣੇ ਉੱਥੇ ਜੂਠ ਦੇ ਵਿੱਚ ਜਿਹੜਾ ਆ ਜਾਵੇ। ਇਹਦੇ ਲਈ ਅੱਜ ਤੋਂ ਆਪਾਂ ਕਾਰਵਾਈ ਆਰੰਭ ਕਰਾਂਗੇ। ਮੈਂ ਪਰਿਵਾਰ ਨੂੰ ਮਿਲ ਕੇ ਇਸ ਚੀਜ਼ ਦਾ ਵਿਸ਼ਵਾਸ ਦਵਾਇਆ। ਮੰਜੀ ਸਾਹਿਬ, ਰੈਸਕਿਊ ਆਪਰੇਸ਼ਨ ਵੀ ਉਹਦੀ ਵੀ ਮਿਆਦ ਖਤਮ ਹੋ ਚੁੱਕੀ ਹੈ, 3 ਦਿਨ ਦਾ ਸੀਗਾ, ਉਸ ਤੋਂ ਬਾਅਦ 2 ਦਿਨ ਹੋਰ ਵਧਾਏ ਰੈਸਕਿਊ ਆਪਰੇਸ਼ਨ, ਪਰ ਹਜੇ ਤੱਕ ਉਹਦੀ ਕਿਤੇ ਵੀ ਪਹੁੰਚ ਹੋ ਨਹੀਂ ਲੱਗੀ। ਨਹੀਂ, ਕੋਈ ਨਹੀਂ, ਮੈਂ ਮਤਲਬ ਜਿਹੜੀ ਮਿਨਿਸਟਰੀ ਆਫ ਸ਼ਿਪਿੰਗ ਹੈ ਉਹਦੇ ਅੰਡਰ ਇਹ ਹੁੰਦਾ, ਉਹਨਾਂ ਦੇ ਅਧਿਕਾਰੀਆਂ ਨਾਲ ਮੈਂ ਮਿਨਿਸਟਰ ਸਾਹਿਬ ਦੇ ਨਾਲ, ਕੇਂਦਰੀ ਮੰਤਰੀ ਜੀ ਦੇ ਨਾਲ ਅੱਜ ਸ਼ਾਮੀ ਸੰਪਰਕ ਜੋੜ ਕੇ ਉਹਨਾਂ ਨੂੰ ਇੱਕ ਲੈਟਰ ਵੀ ਲਿਖਦੇ, ਹੋਡੇ ਹੀ ਲੈਟਰ ਲਿਖਾਂਗੇ, ਉਹਨਾਂ ਨੂੰ ਲੈਟਰ ਲਿਖਦੇ ਹਾਂ। ਸਾਰੇ ਡਾਕੂਮੈਂਟ ਮੈਂ ਤਹਿਸੀਲਦਾਰ ਸਾਹਿਬ ਨੂੰ ਕਿਹਾ ਮੈਨੂੰ ਹੁਣੇ ਦਿਓ, ਅਤੇ ਮੈਂ ਲੈਟਰ ਲਿਖ ਕੇ ਸੰਪਰਕ ਜੋੜ ਕੇ ਅਤੇ ਫਿਰ ਆਪਾਂ ਅਗਲੀ ਕਾਰਵਾਈ ਸ਼ੁਰੂ ਕਰਾਂਗੇ। ਜਿੰਨਾ ਚਿਰ ਤੱਕ ਆਪਾਂ ਨੂੰ ਤੱਥ ਪਤਾ ਨਹੀਂ ਲੱਗਦੇ, ਆਪਾਂ ਨੂੰ ਗਲਤ ਤੱਥ ਨਹੀਂ ਕਹਿਣੇ ਚਾਹੀਦੇ। ਆਪਾਂ ਤਾਂ ਅਰਦਾਸ ਕਰੀਏ ਸਾਰੇ ਜਾਣੇ ਕੋ ਤੰਦਰੁਸਤ ਜਿਹੜਾ ਵਾਪਸ ਆ ਜਾਵੇ, ਔਰ ਅਸੀਂ ਕੋਸ਼ਿਸ਼ ਕਰਾਂਗੇ ਪੰਜਾਬ ਸਰਕਾਰ ਇਸ ਪਰਿਵਾਰ ਦੇ ਨਾਲ ਹਰ ਸੰਭਵ ਪੂਰੀ ਮਦਦ ਕਰੂਗੀ ਕਿ ਤੇਜਪਾਲ ਸਾਨੂੰ ਤੰਦਰੁਸਤ ਮਿਲ ਜਾਵੇ, ਸ਼ਾਇਦ ਸਾਡਾ ਵੀਰ ਜਿਹੜਾ ਸਾਨੂੰ ਚੰਗੀ ਹਾਲਤ ਵਿੱਚ ਮਿਲ ਜਾਵੇ, ਔਰ ਪਰਿਵਾਰ ਕਿਉਂਕਿ ਉਹਨਾਂ ਦਾ ਬੇਟਾ ਹੈ
ਉਹ ਦੁਖੀ ਦੇ ਵਿਚਾਰੇ ਰੋਂਦੇ ਆ, ਜਵਾਨ ਪੁੱਤ ਚੱਲ ਜਾਏ ਤੇ ਉਹ ਕੀ ਹੋਰ ਕੁਛ ਹੁੰਦਾ ਨੀ ਬੰਦੇ ਕੋਲ। ਸੂਬੇ ਦੀ ਅਜੇ ਵੀ ਅਰਦਾਸ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ ਉਹ ਸਾਨੂੰ ਤੰਦਰੁਸਤ ਮਿਲੇ। ਧੰਨਵਾਦ ਸਾਹਿਬ। ਪਰ ਜਿਸ ਤਰੀਕੇ ਪਰਿਵਾਰ ਵੱਲੋਂ ਕੰਪਨੀ ਤੇ ਇਲਜ਼ਾਮ ਲਗਾਏ ਜਾ ਰਹੇ, ਕੀ ਸਰਕਾਰ ਕੰਪਨੀ ਦੇ ਨਾਲ ਰਾਬਤਾ ਕਾਇਮ ਕਰੇਗੀ? ਸਰ ਜੀ ਮੈਂ ਕਰੂੰਗਾ, ਮੈਂ ਵੇਖੋ ਅਸੀਂ ਕੰਪਨੀ ਦੇ ਨਹੀਂ, ਮਿਨਿਸਟਰੀ ਆਫ ਸ਼ਿਪਿੰਗ ਦੇ ਨਾਲ ਜਿਹਦੇ ਅੰਡਰ ਇਹ ਮਹਿਕਮਾ, ਉਹਨਾਂ ਦੇ ਨਾਲ ਸੰਪਰਕ ਕਰਾਂਗੇ। ਸਭ ਤੋਂ ਪਹਿਲਾਂ ਸਾਡੀ ਜਿਹੜੀ ਡਿਊਟੀ ਹੈ, ਅਸੀਂ ਕੇਂਦਰ ਸਰਕਾਰ ਦੇ ਮਿਨਿਸਟਰ ਦੇ ਨਾਲ ਇਹ ਸੰਪਰਕ ਕਰਕੇ ਫਿਰ ਅੱਗੇ ਆਪਣੀ ਕਾਰਵਾਈ ਕਰਾਂਗੇ। ਲੇਕਿਨ ਜਿਸ ਤਰੀਕੇ ਕਿਹਾ ਜਾ ਰਿਹਾ ਕਿ ਲੜਕੇ ਨੇ ਸਮੁੰਦਰ 'ਚ ਛਾਲ ਲਗਾ ਦਿੱਤੀ, ਇੱਕ ਨੇਵੀ 'ਚ ਲੜਕਾ ਹੋਵੇ ਤੇ ਉਸਨੂੰ ਤੈਰੀ ਸਭ ਤੋਂ ਜ਼ਿਆਦਾ ਆਉਂਦੀ ਹੈ, ਕੀ ਲੱਗਦਾ ਕਿ ਜਿਹੜਾ ਉਹਨਾਂ ਵੱਲੋਂ ਤੱਤ ਦਿੱਤੇ ਜਾ ਰਹੇ ਉਹ ਸਹੀ ਹੈ? ਨਹੀਂ ਦੇਖੋ, ਇਹ ਤੇ ਮਾਂ ਬਾਪ ਨੂੰ ਵੀ ਉਹਨਾਂ ਨੇ ਕਾਲ ਕਰਕੇ ਦੱਸਿਆ, ਉਹਨਾਂ ਨੂੰ ਵੀ ਅਜੇ ਵਿਚਾਰਿਆਂ ਨੂੰ ਪੂਰਾ ਨਹੀਂ ਪਤਾ ਕਿ ਉਹਨੇ ਛਾਲ ਮਾਰੀ ਆ, ਕੀ ਕੀਤਾ ਕੀ ਨਹੀਂ ਕੀਤਾ। ਇਸੇ ਕਰਕੇ ਹੀ ਆਪਾਂ ਜਿਹੜੇ ਸੈਂਟਰ ਦੇ ਮਿਨਿਸਟਰ ਆ ਉਹਦੇ ਨਾਲ ਸੰਪਰਕ ਜੋੜਾਂਗੇ ਕਿ ਪਤਾ ਕਰਕੇ ਦੱਸੋ ਕਿ ਆਇਆ ਉੱਥੇ ਹੋਇਆ ਕੀ ਹੈ। ਉਹਨੇ ਜੇ ਮੰਨ ਲਓ ਉਹਨਾਂ ਦੇ ਕਹਿਣ ਤੇ ਜੇ ਛਾਲ ਮਾਰੀ ਹੈ ਤੇ ਕਿਉਂ ਮਾਰੀ ਹੈ, ਕਿਸੇ ਦਾ ਝਗੜਾ ਹੋਇਆ ਕੀ ਹੋਇਆ, ਕਿਉਂਕਿ ਜਿੱਦਾਂ ਦੀ ਪਰਿਵਾਰ ਦੀ ਸਥਿਤੀ ਆ ਉਹ ਕਿਤੇ ਘਰ ਦੇ ਵਿੱਚ ਕਿਸੇ ਗੱਲ ਤੋਂ ਕੋਈ ਦੁਖੀ ਨਹੀਂ ਸੀ, ਘਰ ਦੇ ਵਿੱਚ ਬਿਲਕੁਲ ਠੀਕ ਸੀ, ਉਹਦੀਆਂ ਸਿਸਟਰਾਂ ਬਾਹਰ ਨੇ, ਉਹਦਾ ਮੰਮੀ ਡੈਡੀ ਇੱਕ ਸਿਸਟਰ ਇੱਥੇ ਜੋਬ ਕਰਦੀ ਆ, ਘਰ ਦੇ ਅੰਦਰ ਕੋਈ ਪ੍ਰੋਬਲਮ ਨਹੀਂ ਸੀਗੀ, ਉਹਨਾਂ ਦੀ ਗੱਲ ਹੋਈ ਆ ਪਹਿਲਾਂ ਇੱਕ ਘੰਟਾ ਲਗਾਤਾਰ ਉਹਨੇ ਗੱਲ ਕੀਤੀ। ਇਸ ਕਰਕੇ ਬੰਦਾ ਘਰ ਗੱਲ ਕਰ ਰਿਹਾ, ਉਸ ਤੋਂ ਬਾਅਦ ਜਦੋਂ ਕਾਲ ਕਰਦੇ ਆ ਮੈਸੇਜ ਕਰਦੇ ਆ ਤੇ ਉਹ ਜਿਹੜਾ ਉਹਦਾ ਕੈਪਟਨ ਆ ਇਹ ਕਹਿੰਦੇ ਕਿ ਉਹਨੇ ਕਿਹਾ ਕਿ ਉਹਨੇ ਛਾਲ ਮਾਰਤੀ। ਇਹ ਚੀਜ਼ਾਂ ਥੋੜੀਆਂ ਜਿਹੀਆਂ ਜਾਂਚ ਮੰਗਦੀਆਂ, ਸੋ ਜਿੰਨਾ ਚਿਰ ਆਪਾਂ ਜਾਂਚ ਨਹੀਂ ਕਰ ਲੈਂਦੇ, ਜਿੰਨਾ ਚਿਰ ਤੱਕ ਆਪਣੇ ਕੋਲ ਸਹੀ ਤਸਵੀਰ ਨਹੀਂ ਆ ਜਾਂਦੀ ਉਦੋਂ ਤੱਕ ਆਪਾਂ ਨੂੰ ਕੋਈ ਗਲਤ ਕਮੈਂਟ ਨਹੀਂ ਕਰਦੇ। ਨਹੀਂ ਵਿਸ਼ਵਾਸ ਨਹੀਂ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਪਰਿਵਾਰ ਦੇ ਨਾਲ ਹੈ।